ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਤਾਂ ਉਦੋਂ ਉਹਨੇ ਐਕਸ਼ਨ ਕਿਉਂ ਨਹੀਂ ਲਿਆ ਅੱਜ ਤੁਸੀਂ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਗੱਲ ਕਰਦੇ ਹੋ ਜਿਹੜੇ ਦੂਜੇ ਮੁੱਖ ਮੰਤਰੀ ਬਣੇ ਤਿੰਨ ਮਹੀਨੇ ਲਈ ਜਿਹੜਾ ਬੱਧਾ ਮੁੱਖ ਮੰਤਰੀ ਰਿਹਾ ਅੱਜ ਦੁਨੀਆ ਉਹਨੂੰ ਯਾਦ ਕਰਦੀ ਅੱਜ ਲੋਕ ਅੱਜ ਵੀ ਚਰਨਜੀਤ ਸਿੰਘ ਚੰਨੀ ਨੂੰ ਸਲਾਉਂਦੇ ਨੇ ਕਿ ਜਿੰਨੇ ਉਹਨੇ ਕੰਮ ਕੀਤੇ ਸਹੀ ਕੀਤੇ ਕਿਉਂਕਿ ਤਿੰਨ ਮਹੀਨਿਆਂ 'ਚ ਤੁਸੀਂ ਕਿੰਨਾ ਕੋਈ ਕੰਮ ਕਰ ਸਕਦੇ ਜਿਵੇਂ ਕਹਿੰਦੇ ਨਵੀਂ ਵੀ ਆਈ ਘਰੇ ਆ ਜੇ ਤਾਂ ਤਿੰਨ ਮਹੀਨਿਆਂ 'ਚ ਤੁਹਾਨੂੰ ਘਰ ਦੇ ਜੀਵਾਂ ਦਾ ਤੇ ਗਾਂ ਰਿਸ਼ਤੇਦਾਰੀਆਂ ਦਾ ਪਤਾ ਨਹੀਂ ਲੱਗਦਾ ਕਿ ਕੰਮ ਕਿਵੇਂ ਚਲਾਉਣਾ ਹੈ ਤੇ ਕਿਵੇਂ ਨਹੀਂ ਇਸ ਕਰਕੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਤਾਂ ਆਪਦਾ ਫਰਜ਼ ਵਧੀਆ ਨਿਭਾਇਆ ਆ ਜੀਰਾ ਸਾਹਿਬ بڑے ਮਸਲੇ ਆ ਤੇ ਤੁਸੀਂ ਵਿਵਾਕ ਹੋ ਕੇ ਬੋਲਦੇ ਹੋ ਪਰ ਜਿਹੜਾ ਇਹ ਇਸ਼ੂ ਬਣ ਗਿਆ ਸੁਪਰੀਮ ਕੋਰਟ ਦਾ ਤਾਜ਼ਾ ਜਿਹੜਾ ਆਰਡਰ ਆ ਗਿਆ ਹੁਕਮ ਆ ਗਿਆ ਡੇਰਾ ਪ੍ਰੇਮੀਆ ਨੂੰ ਜਾਨ ਨੂੰ ਖਤਰਾ ਉਹਨਾਂ ਨੇ ਪਾਈ ਸੀ ਆਪਣੀ ਮੰਗ ਤੇ ਉਹ ਪ੍ਰਵਾਨ ਹੋ ਗਈ ਹੈ ਕਿ ਡੇਰਾ ਪ੍ਰੇਮੀਆ ਨੂੰ ਖਤਰਾ ਤਾਂ ਘਟਾ ਪਰ ਭਾਜਪਾ ਨੂੰ ਖਤਰਾ ਜ਼ਿਆਦਾ ਸਰਦਾਰ ਸਖਜਿੰਦਰ ਸਿੰਘ ਰੰਧਾਵਾ ਨੇ ਅਸੀਂ ਬਹੁਤ ਵਾਰ ਜਿਹੜਾ ਕਿਉ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਾ ਜਾ ਕੇ ਇਹ ਕਿਹਾ ਕਿ ਆਪਣੀ ਲੋਕਾਂ ਨੇ ਸਰਕਾਰ ਇਸ ਕਰਕੇ ਲਿਆਂਦੀ ਏ ਕਿ ਆਪਾਂ ਇਹਨਾਂ ਲੋਕਾਂ ਨੂੰ ਸਜਾਵਾਂ ਦੇ ਪਰ ਮੈਂ ਇੱਕ ਗੱਲ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਨੂੰ ਕਿ ਅੱਜ ਲੋਕਾਂ ਦੇ ਵਿੱਚ ਤੁਸੀਂ ਵਾਹ ਵਾਹ ਤਾਂ ਬਹੁਤ ਖਟ ਲਈ ਪਰ ਮੈਂ ਇੱਕ ਗੱਲ ਕਹਿਣਾ ਕਿ ਤੁਸੀਂ ਇਹਨਾਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੰਦੇ ਇਹ ਸ਼ਰਮ ਪ੍ਰੋਗਰਾਮਾਂ ਤੇ ਤੁਰੇ ਫਿਰਦੇ ਤੇ ਸਰ ਜਗ੍ਹਾ ਤੇ ਤੁਰੇ ਫਿਰਦੇ ਜਦੋਂ ਤੁਸੀਂ ਇਹਨਾਂ ਨੂੰ ਨਾਮਜ਼ਾਦੀ ਕਰ ਲਿਆ ਜੇ ਜਦੋਂ ਤੁਸੀਂ ਇਹਨਾਂ ਨੂੰ ਨਾਮਜ਼ਦ ਕਰਤਾ ਫਿਰ ਇਹਨਾਂ ਨੂੰ ਅਰੈਸਟ ਕਿਉਂ ਨਹੀਂ ਕਰ ਦੋ ਸਾਡਾ ਹਾਰਨ ਦਾ ਕਾਰਨ ਹੀ ਇਹ ਹੋਇਆ ਕਿ ਸਾਡੀ ਕੋਈ ਵਿਰੋਧੀ ਧਿਰ ਹੀ ਨਹੀਂ ਸੀ ਪਰ ਗਾੜੀ ਦੇ ਵਿੱਚ ਬਹਿਬਲ ਕਲਾਕਾਰ ਜਦੋਂ ਹੋਇਆ ਤਾਂ ਉਦੋਂ ਤੁਸੀਂ ਵੇਖੋ ਕਿ ਉਦੋਂ ਦਾ ਮੁੱਖ ਮੰਤਰੀ ਜਿਹੜਾ ਉਦੋਂ ਪ੍ਰਕਾਸ਼ ਸਿੰਘ ਬਾਦਲ ਸੀ ਡਿਪਟੀ ਮੁੱਖ ਮੰਤਰੀ ਜਿਹੜਾ ਸਰਦਾਰ ਸੁਖਦੀਪ ਸਿੰਘ ਬਾਦਲ ਸੀ ਔਰ ਉਸ ਜ਼ਿੰਮੇਵਾਰੀ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਭੱਜੇ ਸੁਖਦੀਪ ਸਿੰਘ ਬਾਦਲ ਵੀ ਭੱਜੇ ਪੰਜਾਬ 'ਚ ਸਿਰਫ ਦੋ ਮੁੱਖ ਮੰਤਰੀ ਸੀ ਚਾਹੇ ਪ੍ਰਕਾਸ਼ ਸਿੰਘ ਬਾਦਲ ਤੇ ਚਾਹੇ ਸਰਦਾਰ ਰਵਿੰਦਰ ਸਿੰਘ ਇਹ ਦੋਵੇਂ ਇਹੋ ਜਿਹੇ ਸੀ ਜਿਹੜੇ ਸਵੇਰੇ ਰੋਜ਼ ਉੱਠ ਕੇ ਅਫਸਰਾਂ ਦੇ ਟੱਚ 'ਚ ਹੁੰਦੇ ਸੀ ਮੈਂ ਸਰਕਾਰ 'ਚ ਐਮਐਲਏ ਸੀ ਤਾਂ ਮੈਂ ਸਭ ਤੋਂ ਪਹਿਲਾਂ ਕਿਹਾ ਕਿ ਨਸ਼ਾ ਨਹੀਂ ਬੰਦ ਹੋਇਆ ਜੇ ਨਸ਼ਾ ਨਹੀਂ ਬੰਦ ਹੋਇਆ ਤਾਂ ਕੈਪਟਨ ਮਰਿੰਦਰ ਸਿੰਘ ਨੇ ਉਸ ਅਫਸਰ ਦੇ ਉੱਤੇ ਕਾਰਵਾਈ ਨਹੀਂ ਕੀਤੀ ਬਲਕਿ ਮੇਰੇ ਤੇ ਕਾਰਵਾਈ ਕਰਕੇ ਮੈਨੂੰ ਸਸਪੈਂਡ ਕਰ ਦਿੱਤਾ ਪਾਰਟੀ ਦਾ ਅੱਜ ਜੋ ਹਾਲ ਹੋਇਆ ਜੇ ਸੱਤਾ ਤੋਂ ਬਾਹਰ ਹੋ ਗਈ ਵਿਰੋਧੀ ਧਿਰ ਚ ਆ ਗਈ ਸੱਤਾ ਤੋਂ ਬਾਅਦ ਮੁੱਖ ਮੰਤਰੀ ਵੀ ਦੂਰੇ ਉਸ ਦਾ ਸਾਰੇ ਦਾ ਸਾਰਾ ਤੁਹਾਨੂੰ ਕੀ ਲੱਗਦਾ ਕੈਪਟਨ ਅਮਰਿੰਦਰ ਸਿੰਘ ਕਰ ਕੀ ਹੋਇਆ ਬਾਕੀਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਪੰਜਾਬ ਚ ਚਲੰਤ ਮੁੱਦਿਆਂ ਦੇ ਉੱਤੇ ਗੱਲਬਾਤ ਹੋ ਰਹੀ ਹੈ ਬਹੁਤ ਸਾਰੇ ਅਜਿਹੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਜੇਕਰ ਨਾ ਚਰਚਾ ਹੋਵੇ ਤੇ ਗੱਲ ਬਣਦੀ ਨਹੀਂ ਔਰ ਕਿਸੇ ਸਿੱਟੇ ਦੇ ਉੱਤੇ ਨਤੀਜਾ ਨਹੀਂ ਪੁੱਜਦਾ ਕਿਸੇ ਪਾਸੇ ਗੱਲ ਅੰਨੇ ਬੰਨੇ ਨਹੀਂ ਲੱਗਦੀ ਹੁਣ ਸਭ ਤੋਂ ਵੱਡਾ ਤੇ ਇੰਪੋਰਟੈਂਟ ਇਸ਼ੂ ਆ ਜਿਹੜਾ ਉਹ ਪੰਜਾਬ ਦੇ ਵਿੱਚ ਬਰਗਾੜੀ ਕਾਂਡ ਦਾ ਵੀ ਹੈ 7 ਸਾਲ ਤਕਰੀਬਨ ਬੀਤ ਗਏ ਸਰਕਾਰਾਂ ਵੀ ਬਦਲ ਗਈਆਂ ਪਰ ਇਸ਼ੂ ਉੱਥੇ ਦੇ ਉੱਥੇ ਖੜੇ ਨੇ ਹੱਲ ਲੱਭਣ ਤੋਂ ਪਹਿਲਾਂ ਹੀ ਕਦੇ ਕੇਸ ਟਰਾਂਸਫਰ ਬਾਹਰ ਹੋ ਜਾਂਦਾ ਪੰਜਾਬ ਤੋਂ ਕਦੇ ਪੰਜਾਬ ਦੇ ਅੰਦਰ ਤਫ਼ਤੀਸ਼ ਪਰ ਨਿਕਲਿਆ ਹਾਲੇ ਤੱਕ ਠੋਸ ਰੂਪ ਵਿੱਚ ਕੁਝ ਨਹੀਂ ਜਾਂ ਨਿਕਲਿਆ ਇਸ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਦੇ ਆ ਜੀਰਾ ਸਾਹਿਬ بڑے ਮਸਲਿਆਂ ਤੇ ਤੁਸੀਂ ਵਿਵਾਕ ਹੋ ਕੇ ਬੋਲਦੇ ਹੋ ਪਰ ਜਿਹੜਾ ਇਹ ਇਸ਼ੂ ਬਣ ਗਿਆ ਸੁਪਰੀਮ ਕੋਰਟ ਦਾ ਤਾਜ਼ਾ ਜਿਹੜਾ ਆਰਡਰ ਆ ਗਿਆ ਹੁਕਮ ਆ ਗਿਆ ਕਿ ਜਿਹੜਾ ਡੇਰਾ ਪ੍ਰੇਮੀਆ ਨੂੰ ਜਾਨ ਨੂੰ ਖਤਰਾ ਉਹਨਾਂ ਨੇ ਪਾਈ ਸੀ ਆਪਣੀ ਮੰਗ ਤੇ ਉਹ ਪ੍ਰਵਾਨ ਹੋ ਗਈ ਐ ਤੇ ਕੇਸ ਹੁਣ ਕਹਿੰਦੇ ਫਿਰ ਟਰਾਂਸਫਰ ਹੋ ਰਿਹਾ ਤੇ ਫਿਰ ਗੱਲ ਅੰਨੇ ਬੰਨੇ ਕਿਵੇਂ ਲੱਗੂ ਗੱਲ ਇਹ ਹੈ ਕਿ ਮੈਂ ਗੱਲ ਕਹਾਂ ਕਿ ਡੇਰਾ ਪ੍ਰੇਮੀਆ ਨੂੰ ਖਤਰਾ ਤਾਂ ਘਟਾ ਪਰ ਬੀਜੇਪੀ ਨੂੰ ਖਤਰਾ ਜ਼ਿਆਦਾ ਕਿਉਂਕਿ ਬੀਜੇਪੀ ਵੋਟ ਬੈਂਕ ਲਈ ਕੁਝ ਵੀ ਕਰਨਾ ਚਾਹੁੰਦੀ ਤੁਸੀਂ ਵੇਖੋ ਕਿ ਇੱਕ ਬੰਦਾ ਜਿਹਦੇ ਉੱਤੇ ਪਹਿਲਾਂ ਬਲਾਤ ਕਰਦੇ ਜਾਂ ਇਹੋ ਜਿਹੇ ਜਿੰਦੇ ਤੇ ਕੇਸ ਹੁਣ ਉਹਨੂੰ ਪ੍ਰੋਲ ਤੇ ਪ੍ਰੋਲ ਦਿੱਤੀ ਜਾਂਦੀ ਔਰ ਜਿਹੜੇ ਲੋਕ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੇ ਨਾਲ ਜਿਹੜਾ ਮੈਂ ਕਹਿੰਨਾ ਧੱਕੇਸ਼ਾਹੀ ਹੋ ਰਹੀ ਹੈ ਕਿ ਉਹਨਾਂ ਲੋਕਾਂ ਨੂੰ ਅੱਜ ਵੀ ਜੇਲ੍ਹਾਂ ਦੇ ਵਿੱਚ ਢੱਕਿਆ ਹੋਇਆ ਠੀਕ ਹੈ ਅੱਜ ਵੀ ਉਹਨਾਂ ਦੇ ਵੱਲੋਂ ਜਿਹੜੀ ਪਬਲਿਕ ਜਿਹੜੀ ਹੈ ਉਹ ਚਾਹੇ ਇੱਥੇ ਮੋਹੱਲੀ ਦੇ ਧਰਨੇ ਦੀ ਗੱਲ ਕਰ ਲਈਏ ਚਾਹੇ ਉਹਨਾਂ ਦੇ ਬੱਚਿਆਂ ਦੀ ਗੱਲ ਕਰ ਲਈਏ ਅੱਜ ਉਹ ਤਰਲੇ ਕੱਢਦੇ ਫਿਰਦੇ ਨੇ ਸਰਕਾਰਾਂ ਦੇ ਕਿ ਉਹਨਾਂ ਨੂੰ ਜਿਹੜਾ ਛੱਡਿਆ ਜਾਵੇ ਤਾਂ ਕਿ ਉਹ ਆਪਦੇ ਪਰਿਵਾਰਾਂ ਦੇ ਵਿੱਚ ਆ ਸਕਣ ਪਰ ਜਿਨ ਨੇ ਹਮੇਸ਼ਾ ਸਮਾਜ ਦੇ ਵਿੱਚ ਮਾੜੀਆਂ ਕਰਤਿਆਂ ਨੂੰ ਫਲਾਇਆ ਜਿਨੇ ਹਮੇਸ਼ਾ ਸਮਾਜ ਦੇ ਵਿੱਚ ਇੱਕ ਕਿਉਂਕਿ ਇੱਕ ਸੰਤ ਭਾਈਚਾਰੇ ਦਾ ਨਾਂ ਨੂੰ ਖਰਾਬ ਕੀਤਾ ਉਹਨੂੰ ਸਿਰਫ ਕਿਸ ਗੱਲ ਦੀ ਭਾਜਪਾ ਜਿਹੜੀ ਵਾਰ-ਵਾਰ ਜਿਹੜੀ ਐ ਪਰੋਲਤੇ ਭੇਜ ਰਹੀ ਹੈ ਕਿਉਂਕਿ ਇੱਕ ਵੋਟ ਬੈਂਕ ਜਿਹੜਾ ਇੱਕ ਵੋਟ ਬੈਂਕ ਉਹਨਾਂ ਨੂੰ ਲੱਗਦਾ ਕਿ ਸ਼ਹਿਰ ਦੇ ਵੋਟ ਬੈਂਕ ਜਿਹੜਾ ਸਾਨੂੰ ਪੈਜੇ ਔਰ ਇਸੇ ਚੀਜ਼ ਦਾ ਜਿਹੜਾ ਨੁਕਸਾਨ ਆ ਪਹਿਲਾਂ ਕਾਲੀ ਦਲ ਨੇ ਕੀਤਾ ਜੇ ਕਾਲੀ ਦਲ ਉਦੋਂ ਇਹ ਫੈਸਲਾ ਕਰ ਲੈਣਾ ਕਿਉਂਕਿ ਕਾਲੀ ਦਲ ਨੇ ਜਦੋਂ ਬਰਗਾੜੀ ਦੇ ਵਿੱਚ ਬਹਿਬਲ ਕਲਾ卡ਡ ਜੜੋ ਹੋਇਆ ਤਾਂ ਉਦੋਂ ਤੁਸੀਂ ਵੇਖੋ ਕਿ ਉਦੋਂ ਦਾ ਮੁੱਖ ਮੰਤਰੀ ਜਿਹੜਾ ਉਦੋਂ ਪ੍ਰਕਾਸ਼ ਸਿੰਘ ਬਾਦਲ ਸੀ ਡਿਪਟੀ ਮੁੱਖ ਮੰਤਰੀ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਸੀ ਉਦੋਂ ਜੇ ਚਾਹੁੰਦੇ ਤਾਂ ਉਥੇ ਇਹੋ ਜਿਹਾ ਜਿਹੜਾ ਕੋਈ लाਠੀ ਚਾਰਜ ਜਾਂ ਇਹੋ ਜਿਹੀ ਘਟਨਾਵਾਂ ਜਿੰਨੇ ਨਾਲ ਗੋਲੀ ਚਲਾਉਣ ਦੇ ਨਾਲ ਜਿਹੜਾ ਕਿ ਸਾਡੇ ਜਿਹੜੇ ਦੋ ਸਿੰਘ ਜਿਹੜੇ ਸ਼ਹੀਦ ਹੋਏ ਆ ਕਿਉਂਕਿ ਮੁੱਖ ਮੰਤਰੀ ਦੀ ਇੱਕ ਜ਼ਿੰਮੇਵਾਰੀ ਬੰਦੀ ਹੈ ਬਹੁਤ ਵੱਡੀ ਔਰ ਉਸ ਜ਼ਿੰਮੇਵਾਰੀ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਭੱਜੇ ਸੁਖਬੀਰ ਸਿੰਘ ਬਾਦਲ ਵੀ ਭੱਜੇ ਔਰ ਉਸ ਤੋਂ ਬਾਅਦ ਲੋਕਾਂ ਨੇ ਇਹ ਚੀਜ਼ ਲਈ ਇਨਸਾਫ ਲਈ ਜਿਹੜਾ ਸੀਗਾ ਕਿ ਸਾਨੂੰ ਇੱਕ ਇਨਸਾਫ ਮਿਲ ਸਕੇ ਉਸਨ ਸਾਫਲੀ ਜਿਹੜਾ ਇੱਕ ਕਾਂਗਰਸ ਸਰਕਾਰ ਨੂੰ ਮੌਕਾ ਦਿੱਤਾ ਪਰ ਵੱਦ ਕਿਸਮਤੀ ਸਾਡੀ ਕਿ ਅੱਜ ਅਸੀਂ ਉਸ ਚੀਜ਼ ਦਾ ਖਮਿਆਜਾ ਭੁਗਤ ਰਹੇ ਹਾਂ ਸਰਦਾਰ ਸਖਜਿੰਦਰ ਸਿੰਘ ਰੰਧਾਵਾ ਨੇ ਅਸੀਂ ਬਹੁਤ ਵਾਰ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਜਾ ਜਾ ਕੇ ਇਹ ਕਿਹਾ ਕਿ ਆਪਣੀ ਲੋਕਾਂ ਨੇ ਸਰਕਾਰ ਇਸ ਕਰਕੇ ਲਿਆਂਦੀ ਏ ਕਿ ਆਪਾਂ ਇਹਨਾਂ ਲੋਕਾਂ ਨੂੰ ਸਜਾਵਾਂ ਲਈਏ ਜਦੋਂ ਆਪਾਂ ਨੂੰ ਪਤਾ ਹੈ ਕਿ ਉਹਦੇ ਵਿੱਚ ਜਿਹੜੀਆਂ ਫੋਨ ਕਾਲ ਨੇ ਜਾਂ ਜਿਹੜੀ ਜਿਹੜੀ ਜਿੰਨੇ ਵੀ ਕਮਾਂਡ ਜਿਹੜੀ ਆ ਉਹ ਸਾਰੀ ਜਦੋਂ ਬਾਦਲ ਪਰਿਵਾਰ ਵੱਲੋਂ ਦਿੱਤੀ ਗਈ ਹੈ ਤੇ ਫਿਰ ਬਾਦਲ ਪਰਿਵਾਰ ਵੀ ਉਹਨਾਂ ਦੁਖੀ ਹੈ ਮੈਂ ਅੱਜ ਵੀ ਇਹ ਬੇਨਤੀ ਕਰਦਾ ਅੱਜ ਵੀ ਚਾਹੀਦਾ ਕਿਉਂਕਿ ਅੱਜ ਜਿਹੜਾ ਕੇਸ ਇਥੋਂ ਪੰਜਾਬ ਦੇ ਵਿੱਚੋਂ ਜਿਹੜਾ ਟ੍ਰਾਂਸਫਰ ਕਰਕੇ ਜਿਹੜਾ ਪਾਸੇ ਭੇਜਿਆ ਗਿਆ ਉਹਦੇ ਵਿੱਚ ਮੈਂ ਕਹਿੰਦਾ ਪੰਜਾਬ ਸਰਕਾਰ ਦੀ ਵੀ ਨਾਕਾਮੀ ਹੈ ਉਹਨਾਂ ਦੀ ਨਲਾਕੀ ਵੀ ਸਭ ਤੋਂ ਵੱਡੀ ਹੈ ਔਰ ਭਾਜਪਾ ਦਾ ਰੋਲ ਜਿਹੜਾ ਉਹ ਸਭ ਤੋਂ ਵੱਡਾ ਰੋਲ ਆ ਕਿਉਂਕਿ ਉਹ ਚਾਹੁੰਦੇ ਨੇ ਕਿ ਅਸੀਂ ਇਸ ਸਾਧ ਨੂੰ ਜਿਹੜਾ ਹੈ ਕਿ ਇਹਨੂੰ ਬਰੀ ਕਰੀਏ ਔਰ ਬਰੀ ਕਰਕੇ ਅਸੀਂ ਆਪਦਾ ਜਿਹੜਾ ਵੋਟ ਬੈਂਕ ਜੇ ਪੰਜਾਬ ਚ ਤਾਂ ਨਹੀਂ ਤੇ ਜਿਹੜਾ ਬਾਕੀ ਥਾਵਾਂ ਤੇ ਜਿੱਥੇ ਡੇਰਾਵਾਦ ਹੈਗਾ ਉਥੋਂ ਅਸੀਂ ਵੋਟ ਬੈਂਕ ਜਿਹੜਾ ਉਹ ਆਪਦਾ ਲੈ ਸਕੀ ਇਸ ਮਸਲੇ ਦੇ ਵਿੱਚ ਸਿਆਸਤ ਬਹੁਤ ਹੋਈ ਤੁਸੀਂ ਆਪਦੀ ਪਾਰਟੀ ਦੀ ਵੀ ਕਾਰਗੁਜ਼ਾਰੀ ਦੱਸੀ ਹੈ ਕਿ ਅੰਦਰ ਖਾਤੇ ਅਸੀਂ ਬਹੁਤ ਵਾਰ ਕਿਹਾ ਮੁੱਖ ਮੰਤਰੀ ਉੱਪਰ ਚੱਲੀ ਨਹੀਂ ਸੁਣੀ ਨਹੀਂ ਗਈ ਪਰ ਜਿਹੜੇ ਕਾਲ ਡਿਟੇਲ ਦੀ ਤੁਸੀਂ ਗੱਲ ਕਰਦੇ ਹੋ ਔਰ ਔਨ ਰਿਕਾਰਡ ਵੀ ਆ ਗਿਆ ਅਦਾਲਤਾਂ ਚ ਬਾਦਲ ਪਰਿਵਾਰ ਇਸ ਗੱਲ ਦੀਆਂ ਅੱਜ ਤੱਕ ਦਲੀਲਾਂ ਦਿੰਦਾ ਹੈ ਕਹਿੰਦਾ ਜਦੋਂ ਗ੍ਰਹਿ ਮੰਤਰੀ ਹੋਣਗੇ ਤੇ ਉਹ ਜਾਇਦਾਦ ਤਾਂ ਲੈਣਗੇ ਪੁੱਛਣਗੇ ਥੱਲੇ ਪੁਲਿਸ ਅਫਸਰਾਂ ਨੂੰ ਕਿ ਕੀ ਚੱਲ ਪਹਿਲੀ ਸਥਿਤੀ ਜਾਣਨ ਲਈ ਫੋਨ ਕਾਲ ਤੇ ਉੱਤੇ ਸੀ ਆਰਡਰ ਦੇਣ ਲਈ ਨਹੀਂ ਸੀ ਇਹ ਗੱਲਾਂ ਕਰਦੇ ਨੇ ਗੱਲ ਇਹ ਹੈ ਕਿ ਅੱਜ ਤੱਕ ਪੰਜਾਬ 'ਚ ਜਿੰਨੇ ਮੁੱਖ ਮੰਤਰੀ ਬਣੇ ਅੱਜ ਤੁਸੀਂ ਕਿੱਥੇ ਆਈਐਸ ਅਫਸਰ ਕੋਲ ਚਲੇ ਜਾਓ ਕਿੱਥੇ ਆਈਪੀਐਸ ਕੋਲ ਚਲੇ ਜਾਓ ਤਾਂ ਇਹ ਗੱਲ ਕਰਦੇ ਆ ਕਿ ਪੰਜਾਬ 'ਚ ਸਿਰਫ ਦੋ ਮੁੱਖ ਮੰਤਰੀ ਸੀ ਚਾਹੇ ਪ੍ਰਕਾਸ਼ ਸਿੰਘ ਬਾਦਲ ਤੇ ਚਾਹੇ ਸਰਦਾਰ ਰਵਿੰਦਰ ਸਿੰਘ ਜੀ ਇਹ ਦੋਵੇਂ ਇਹੋ ਜਿਹੇ ਸੀ ਜਿਹੜੇ ਸਵੇਰੇ ਰੋਜ਼ ਉੱਠ ਕੇ ਅਫਸਰਾਂ ਦੇ ਟੱਚ 'ਚ ਹੁੰਦੇ ਸੀ ਜਿਹੜੇ ਰੋਜ਼ ਸਵੇਰੇ ਹਰੇਕ ਜ਼ਿਲ੍ਹੇ ਦੀ ਰਿਪੋਰਟ ਲੈਂਦੇ ਸੀ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ 5:30 ਵਜੇ ਡੀਸੀ ਤੇ ਐਸਐਸਪੀਾਂ ਤੋਂ ਰਿਪੋਰਟ ਲੈਂਦਾ ਕਿ ਕੱਲ ਕੀ ਹੋਇਆ ਅੱਜ ਕੀ ਕਰ ਰਹੇ ਹੋ ਠੀਕ ਹੈ ਜੇ ਇੱਥੋਂ ਤੱਕ ਰਿਪੋਰਟ ਲੈਣ ਵਾਲਾ ਮੁੱਖ ਮੰਤਰੀ ਜੇ ਇਹ ਗੱਲ ਕਰਦਾ ਤਾਂ ਉਦੋਂ ਇਹਨਾਂ ਨੇ ਵੀ ਜਿਹੜਾ ਕੁਝ ਕੀਤਾ ਉਹ ਸਿਰਫ ਇੱਕ ਵੋਟ ਬੈਂਕ ਲਈ ਕੀਤਾ ਕਿਉਂਕਿ ਉਦੋਂ ਤੁਸੀਂ ਵੇਖਿਆ ਕਿ ਪੰਜਾਬ ਦੇ ਵਿੱਚ ਕਿੰਨੇ ਸ਼ਰਧਾਲੂ ਸੀ ਜਿਹੜੇ ਠੀਕ ਹੈ ਪਰ ਉਦੋਂ ਇਹਨਾਂ ਨੇ ਵੋਟਾਂ ਨੂੰ ਲੈਣ ਕਰਕੇ ਜਿਹੜੇ ਪੰਜਾਬ ਦਾ ਜਿਹੜੇ ਭੁਇੱਖ ਦੇ ਨਾਲ ਜਿਹੜੇ ਖੇਡੇ ਆ ਔਰ ਉਹਦੀ ਸਜ਼ਾ ਜਿਹੜੀ ਅੱਜ ਇਹਨਾਂ ਨੂੰ ਜਿਹੜੀ ਮਿਲੀ ਹੈ ਇਕੱਲੀ ਇਹਨਾਂ ਨੂੰ ਨਹੀਂ ਮਿਲੀ ਨਾਲ ਸਾਨੂੰ ਵੀ ਮਿਲੀ ਹੈ ਔਰ ਜਦੋਂ ਜਦੋਂ ਵੀ ਮੈਂ ਬੋਲਿਆ ਮੇਰੀ ਤਾਂ ਨਸ਼ੇ ਦੀ ਗੱਲ ਸੀ ਮੈਂ ਸਰਕਾਰ ਚ ਐਮਐਲਏ ਸੀ ਤਾਂ ਮੈਂ ਸਭ ਤੋਂ ਪਹਿਲਾਂ ਕਿਹਾ ਕਿ ਨਸ਼ਾ ਨਹੀਂ ਬੰਦ ਹੋਇਆ ਜੇ ਨਸ਼ਾ ਨਹੀਂ ਬੰਦ ਹੋਇਆ ਤਾਂ ਕੈਪਟਨ ਮਰਿੰਦਰ ਸਿੰਘ ਨੇ ਉਸ ਅਫਸਰ ਦੇ ਉੱਤੇ ਕਾਰਵਾਈ ਨਹੀਂ ਕੀਤੀ ਬਲਕਿ ਮੇਰੇ ਤੇ ਕਾਰਵਾਈ ਕਰਕੇ ਮੈਨੂੰ ਸਸਪੈਂਡ ਕਰ ਦਿੱਤਾ ਜਦੋਂ ਕਿ ਕਾਰਵਾਈ ਉਹਨਾਂ ਤੇ ਬਣਦੀ ਸੀ ਇਸੇ ਤਰ੍ਹਾਂ ਹੀ ਅਸੀਂ ਰੌਲਾ ਪਾਇਆ ਸ਼ਰਮ ਚਾਹੇ ਉਹ ਵਿਧਾਨ ਸਭਾ ਦੀ ਗੱਲ ਕਰ ਲਈਏ ਚਾਹੇ ਕਿਤੋਂ ਦੀ ਗੱਲ ਕਰ ਲਈਏ ਅਸੀਂ ਕਿਹਾ ਜੀ ਕਿ ਤੁਸੀਂ ਇਹਨਾਂ ਨੂੰ ਕਿਉਂ ਇੰਨਾ ਤੁਸੀਂ ਇਹਨਾਂ ਦੀ ਅਮੈਤ ਕਰਦੇ ਹੋ ਕਿਉਂਕਿ ਇਹਨਾਂ ਦਾ ਅਫਸਰ ਦੇ ਵਿੱਚ ਸਮਝੌਤਾ ਜਿਹੜਾ ਹੋ ਚੁੱਕਾ ਸੀ ਅੱਜ ਵੀ ਮੈਂ ਗੱਲ ਕਹਿਣਾ ਅੱਜ ਭਾਜਪੀ ਵਾਲਿਆਂ ਨੂੰ ਤੁਸੀਂ ਪੁੱਛ ਲਓ ਸੀਨੀਅਰ ਲੀਡਰਸ਼ਿਪ ਨੂੰ ਅੱਜ ਜਿੰਨੇ ਉਹਨਾਂ ਕੋਲ ਜਾ ਰਹੇ ਨੇ ਸਾਰੇ ਬਚਨ ਲਈ ਤੇ ਸਿਕਿਉਰਿਟੀ ਲੈਣ ਲਈ ਜਾ ਰਹੇ ਨੇ ਅੱਜ ਉਹਨਾਂ ਨੂੰ ਸੰਗਠਨ 'ਚ ਕੰਮ ਕਰਨ ਵਾਲੇ ਬੰਦਿਆਂ ਦੀ ਲੋੜ ਆ ਉਹਨਾਂ ਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਨਹੀਂ ਅੱਜ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਚਾਹੇ ਜਨਰਲ ਸੈਕਟਰੀ ਬਣੇ ਨੇ ਚਾਹੇ ਉਹਦੇ ਵਿੱਚ ਸੈਕਟਰੀ ਬਣੇ ਨੇ ਗਏ ਤਾਂ ਬਹੁਤ ਜਾਣੇ ਆ ਪਰ ਉਹਨਾਂ ਨੇ ਜਿਹੜੇ ਚੰਦ ਬੰਦੇ ਉਹ ਲਏ ਨੇ ਜਿਹੜਾ ਉਹਨਾਂ ਨੂੰ ਲੱਗ ਸਕਦਾ ਸੀ ਕਿ ਇਹ ਬੰਦੇ ਕੰਮ ਕਰ ਸਕਦੇ ਉਹ ਹੌਲੀ-ਹੌਲੀ ਉਹ ਵੀ ਜਿਹੜੀ ਉਹ ਸ਼ਾਂਤੀ ਕਰ ਰਹੇ ਨੇ ਜਿਹੜਾ ਕਿਤੇ ਗੱਲਾਂ ਚੱਲਦੀਆਂ ਸੀ ਕਿ ਵਾਈਸ ਪ੍ਰੈਜ਼ੀਡੈਂਟ ਵੀ ਬਣ ਸਕਦੇ ਆ ਜਿਹੜੀ ਕਿਤੇ ਗੱਲ ਚੱਲਦੀ ਸੀ ਗਵਰਨਰ ਵੀ ਲੱਗ ਸਕਦੇ ਆ ਅੱਜ ਇਹ ਜਿਹੜਾ ਜਿਹੜਾ ਗੁਰੂ ਸਾਹਿਬ ਦਾ ਕਿਉਂਕਿ ਕਿਉਂਕਿ ਇਹ ਜਿਹੜੀ ਪੱਗ ਹਨ ਇਹ ਗੁਰੂ ਸਾਹਿਬ ਦੀ ਦਿੱਤੀ ਗਈ ਜੇ ਅਸੀਂ ਆਪਦੇ ਗੁਰੂ ਨਾਲ ਧੋਖਾ ਕਰਾਂਗੇ ਆਪਦੇ ਪਿਓ ਨਾਲ ਧੋਖਾ ਕਰਾਂਗੇ ਤਾਂ ਉਹਦੀਆਂ ਸਜਾਵਾਂ ਸਾਨੂੰ ਉੱਤੇ ਨਹੀਂ ਸਾਨੂੰ ਇੱਥੇ ਹੀ ਮਿਲਣਗੀਆਂ ਕਾਂਗਰਸ ਪਾਰਟੀ ਦਾ ਅੱਜ ਜੋ ਹਾਲ ਹੋਇਆ ਜਾਂ ਸੱਤਾ ਤੋਂ ਬਾਹਰ ਹੋ ਗਈ ਵਿਰੋਧੀ ਧਿਰ ਚ ਆ ਗਈ ਸੱਤਾ ਤੋਂ ਬਾਅਦ ਮੁੱਖ ਮੰਤਰੀ ਵੀ ਦੋ ਰਏ ਉਸ ਦਾ ਸਾਰੇ ਦਾ ਸਾਰਾ ਤੁਹਾਨੂੰ ਕੀ ਲੱਗਦਾ ਕੈਪਟਨ ਅਮਰਿੰਦਰ ਸਿੰਘ ਕਰ ਕੀ ਹੋਇਆ ਬਾਕੀਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਗੱਲ ਇਹ ਆ ਕਿ ਹਮੇਸ਼ਾ ਸਾਰੀ ਕਮਾਂਡ ਮੁੱਖ ਮੰਤਰੀ ਦੇ ਹੱਥ 'ਚ ਹੁੰਦੀ ਹੈ ਇੱਕ ਮੈਨੂੰ ਇੱਕ ਗੱਲ ਦਾ ਜਵਾਬ ਤੁਸੀਂ ਦਿਓ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਤਾਂ ਉਦੋਂ ਉਹਨੇ ਐਕਸ਼ਨ ਕਿਉਂ ਨਹੀਂ ਲਿਆ ਅੱਜ ਤੁਸੀਂ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਗੱਲ ਕਰਦੇ ਹਾਂ ਜਿਹੜੇ ਦੂਜੇ ਮੁੱਖ ਮੰਤਰੀ ਬਣੇ ਅੱਜ ਕਿਸੇ ਕੋਨੇ 'ਚ ਚਲੇ ਜਾਓ ਕਿਤੇ ਚਲੇ ਜਾਓ ਤਿੰਨ ਮਹੀਨੇ ਲਈ ਜਿਹੜਾ ਬੰਦਾ ਮੁੱਖ ਮੰਤਰੀ ਰਿਹਾ ਅੱਜ ਦੁਨੀਆ ਨੂੰ ਯਾਦ ਕਰਦੀ ਹੈ ਅੱਜ ਲੋਕ ਅੱਜ ਵੀ ਚਰਨਜੀਤ ਸਿੰਘ ਚੰਨੀ ਨੂੰ ਸਲਾਉਂਦੇ ਨੇ ਕਿ ਜਿੰਨੇ ਉਹਨੇ ਕੰਮ ਕੀਤੇ ਉਹ ਉਹਨਾਂ ਨੇ ਬਿਲਕੁਲ ਜਿਹੜੇ ਆ ਕਿ ਉਹ ਸਹੀ ਕੀਤੇ ਕਿਉਂਕਿ ਤਿੰਨ ਮਹੀਨਿਆਂ ਚ ਤੁਸੀਂ ਕਿੰਨਾ ਕੋਈ ਕੰਮ ਕਰ ਸਕਦੇ ਹੋ ਜਿਵੇਂ ਕਿ ਨੇ ਨਵੀਂ ਵਿਆਹੀ ਘਰੇ ਆ ਜੇ ਤੇ ਤਿੰਨ ਮਹੀਨਿਆਂ ਚ ਤੁਹਾਨੂੰ ਘਰ ਦੇ ਜੀਆਂ ਦਾ ਤੇ ਗਾਂ ਰਿਸ਼ਤੇਦਾਰੀਆਂ ਦਾ ਪਤਾ ਨਹੀਂ ਲੱਗਦਾ ਕਿ ਕੰਮ ਕਿਵੇਂ ਚਲਾਉਣਾ ਹੈ ਤੇ ਕਿਵੇਂ ਨਹੀਂ ਇਸ ਕਰਕੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਤਾਂ ਆਪਦਾ ਫਰਜ ਵਧੀਆ ਨਿਭਾਇਆ ਪਰ ਜਿਹੜੀ ਨਾਕਾਮੀ ਰਹੀ ਉਹ ਇਹ ਰਹੀ ਔਰ ਮੈਂ ਇਹ ਗੱਲ ਕਹਿਣਾ ਕਿ ਜੇ 120 ਬੀ ਜਿਹੜੀ ਆ ਜਿਵੇਂ ਕਰ ਰਹੇ ਹਾਂ ਦਾ ਸਭ ਨੇ ਕਿਹਾ ਕਿ ਜੇ 120 ਬੀ ਜਿਹੜੀ ਹੈ ਜੇ ਬਾਦਲੋਂਦੇ ਚ ਹੈਗੇ ਨੇ ਤੇ ਉਹਦੇ ਵਿੱਚ ਜਿਹੜਾ ਭਾਈਵਾਲ ਜਿਹੜਾ ਉਹ ਉਹਨਾਂ ਨੂੰ ਜਿਹੜਾ ਕਾਂਗਰਸ ਸਰਕਾਰ ਵਾਲੇ ਦਾ ਜਿਨੇ ਜਿਹੜਾ ਇਸ ਚੀਜ਼ ਦਾ ਨਿਆਂ ਨਹੀਂ ਦਿੱਤਾ ਉਹ ਵੀ ਇੱਕ ਹੈ ਪਰ ਮੈਂ ਇੱਕ ਗੱਲ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਨੂੰ ਕਿ ਅੱਜ ਲੋਕਾਂ ਦੇ ਵਿੱਚ ਤੁਸੀਂ ਵਾਹ ਵਾਹ ਤਾਂ ਬਹੁਤ ਖਟ ਲਈ ਪਰ ਮੈਂ ਗੱਲ ਕਹਿਣਾ ਕਿ ਤੁਸੀਂ ਇਹਨਾਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੰਦੇ ਇਹ ਸ਼ਰਮ ਪ੍ਰੋਗਰਾਮਾਂ ਤੇ ਤੁਰੇ ਫਿਰਦੇ ਤੇ ਸਰ ਜਗ੍ਹਾ ਤੇ ਤੁਰੇ ਫਿਰਦੇ ਜਦੋਂ ਤੁਸੀਂ ਇਹਨਾਂ ਨੂੰ ਨਾਮਜ਼ਾਦੀ ਕਰ ਲਿਆ ਜੇ ਪਿੰਡਾਂ ਦੇ ਵਿੱਚ ਆਮ ਲੜਾਈ ਹੋ ਜੇ ਕਿਸੇ ਤੇ ਦਰਖਾਸਤ ਚੱਲੀ ਜਾਵੇ 57 53 ਦੀ ਦੇ 14 ਦਿਨ ਲਈ ਘੱਟੋ ਘੱਟ ਜੇ ਸਰਕਾਰ ਵਾਲੇ ਉਹਨੂੰ ਜੁਡੀਸ਼ਲੀ ਚ ਭੇਜਦੇ ਨੇ 14 ਦਿਨ ਲਈ ਉਹ ਜੇਲ੍ਹ ਭੇਜਦੇ ਨੇ ਤੇ ਜਦੋਂ ਤੁਸੀਂ ਇਹਨਾਂ ਨੂੰ ਨਾਮਜ਼ਦ ਕਰਤਾ ਫਿਰ ਇਹਨਾਂ ਨੂੰ ਅਰੈਸਟ ਕਿਉਂ ਨਹੀਂ ਕਰਦੇ ਇਸ ਕਰਕੇ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਜਿਹੜਾ ਕਿ ਲੋਕਾਂ ਨੂੰ ਔਰ ਸਾਡੇ ਜਿਹੜੇ ਗੁਰੂ ਨੂੰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਉਹਨਸਾਬ ਮਿਲ ਸਕੇ ਜੀ ਇੱਕ ਮਸਲੇ ਨਾਲ ਹੋਰ ਜੁੜਿਆ ਸਵਾਲ ਆ ਕਰੰਟ ਸਿਚੁਏਸ਼ਨ ਦੇ ਵਿੱਚ ਪੰਜਾਬ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਇਨ੍ਹਾਂ ਮਸਲਿਆਂ ਦੇ ਵਿੱਚ ਹੁਣ ਕਾਂਗਰਸ ਦਾ ਵਿਰੋਧੀ ਧਿਰ ਵੱਜੋਂ ਭੂਮਿਕਾ ਹੌਣ ਬਜਟ ਸੈਸ਼ਨ ਆ ਰਿਹਾ ਬਹੁਤ ਸਾਰੇ ਅਜਿਹੇ ਵਿਧਾਇਕ ਨੇ ਜਿਹੜੇ ਚੁੱਪ ਵੱਟੀ ਬੈਠੇ ਆ ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਜਾਂ ਵਿਰੋਧੀ ਧਿਰ ਆ ਜਿਹੜੀ ਬੜੀ ਕਮਜ਼ੋਰ ਭੂਮਿਕਾ 'ਚ ਨਜ਼ਰ ਆ ਰਹੀ ਆ ਆਪੋ ਆਪਣੀ ਗੱਲ ਤਾਂ ਕਹੀ ਜਾ ਰਹੀ ਆ ਇਕੱਠੇ ਹੋ ਕੇ ਕਿਤੇ ਨਜ਼ਰ ਨਹੀਂ ਆ ਰੇ ਇੱਕ ਪਲੇਟਫਾਰਮ ਤੇ ਗੱਲ ਇਹ ਆ ਕਿ ਜਦੋਂ ਵਿਰੋਧੀ ਧਿਰ ਕਮਜ਼ੋਰ ਹੋਵੇ ਨਾ ਉਦੋਂ ਜਿਹੜੀ ਮੌਜੂਦਾ ਸਰਕਾਰ ਹੁੰਦੀ ਏ ਉਹਦੇ ਹਲਾਤ ਵੀ ਮ ਸਾਡਾ ਹਾਰਨ ਦਾ ਕਾਰਨ ਹੀ ਇਹ ਹੋਇਆ ਕਿ ਸਾਡੀ ਕੋਈ ਵਿਰੋਧੀ ਧਿਰ ਹੀ ਨਹੀਂ ਸੀ। ਔਰ ਇਸ ਕਰਕੇ ਅਸੀਂ ਜਿਹੜੀਆਂ ਬਹੁਤ ਘੱਟ ਸੀਟਾਂ ਜਿਹੜੇ ਸਾਡੇ 18 ਐਮਐਲਏ ਸਾਰੇ ਆਏ ਨੇ ਔਰ ਇਹਦਾ ਕਾਰਨ ਹੀ ਇਹ ਆ ਔਰ ਮੈਂ ਇਹ ਗੱਲ ਕਹਿਣਾ ਕਿ ਜਿਹੜੇ ਵਿਧਾਇਕ ਅੰਦਰ ਬੈਂਦੇ ਆ ਕਿਉਂਕਿ ਮੈਂ ਤਾਂ ਜਦੋਂ ਜਨਚਰ ਪੰਜ ਸਾਲ ਜੀਰੇ ਵਾਲਿਆਂ ਨੇ ਸੇਵਾ ਦਿੱਤੀ ਤਾਂ ਮੈਂ ਪੰਜ ਸਾਲ ਅੰਦਰ ਬੋਲਦਾ ਰਿਹਾ ਚਾਹੇ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਦੇ ਖਿਲਾਫ ਹੀ ਵਾਜਿਟ ਠਾਈ ਚਾਹੇ ਉਹਨਾਂ ਨੇ ਕਿਹਾ ਮੈਂ ਆ ਕਰਤਾ ਮੈਂ ਕਿਹਾ ਨਹੀਂ ਹੋਇਆ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਨੇ ਸਾਨੂੰ ਵੋਟਾਂ પાਕੇ ਜਿਤਾ ਕੇ ਅੰਦਰ ਭੇਜਿਆ ਹੈ ਅੱਜ ਪਿੰਡਾਂ ਦੇ ਜਿਹੜੇ ਸਰਪੰਚ ਨੇ ਉਹ ਚੀਕਾ ਮਾਰਦੇ ਪਏ ਨੇ ਅੱਜ ਉਹਨਾਂ ਦੇ ਰਿਕਾਰਡ ਜਿਹੜੇ ਆਮ ਆਦਮੀ ਪਾਰਟੀ ਵਾਲਿਆਂ ਨੇ ਜ਼ਬਤ ਕਰ ਲਏ ਅੱਜ ਵੀਡੀਓ ਉਹਨਾਂ ਦੇ ਆਖੇ ਕੋਈ ਕੰਮ ਨਹੀਂ ਸ਼ੁਰੂ ਕਰ ਰਿਹਾ ਅੱਜ ਘੱਟੋ-ਘੱਟ 12 ਮਹੀਨੇ ਹੋ ਗਏ ਨੇ ਸਰਕਾਰ ਬਣੀ ਨੂੰ ਕਿਸੇ ਪਿੰਡਾਂ ਚ ਜੱਟ ਨਹੀਂ ਲੱਗੀ ਸਾਡੇ ਜੀਰੇ ਹਲਕੇ ਚ ਜਿਵੇਂ ਨਰੰਗ ਸਿੰਘ ਵਾਲਾ ਪਿੰਡ ਆ ਉੱਥੇ ਸਰਦਾਰ ਗਰਸੇਵਕ ਸਿੰਘ ਸਰਪੰਚ ਨੇ ਉਹਨਾਂ ਦਾ ਰਿਕਾਰਡ 1 ਸਾਲ ਹੋ ਗਿਆ ਜਿਹੜਾ ਉਹ ਡੀਡੀਪੀ ਉਹ ਆਪਦੇ ਕੋਲ ਰੱਖ ਕੇ ਬੈਠਾ ਹੈ ਔਰ ਮੈਂਬਰ ਪੂਰੇ ਨੇ ਸਾਰਾ ਕੁਝ ਪੂਰੇ ਆ ਔਰ ਜਿੰਦਰਾ ਜਿਹੜਾ ਆਮ ਆਦਮੀ ਪਾਰਟੀ ਦਾ ਇੱਕ ਕਾਕੂ ਆ ਉਹ ਪਾਣੀ ਵਾਲੀ ਟੈਂਕੀ ਨੂੰ ਜਿੰਦਰਾ ਲਾ ਕੇ ਬੈਠਾ ਹੈ ਕਿ ਇਹੋ ਜਿਹੇ ਮੁੱਦੇ ਜਿਹੜੇ ਆ ਉਹ ਸਾਨੂੰ ਚੱਕਣੇ ਚਾਹੀਦੇ ਆ ਤਾਂ ਕਿ ਜਿੱਥੇ ਪੰਚਾਇਤਾਂ ਪੂਰੀਆਂ ਨੇ ਜਿੱਥੇ ਮੈਂਬਰ ਪੂਰੇ ਨੇ ਉਹਨਾਂ ਪਿੰਡਾਂ 'ਚ ਵਿਕਾਸ ਦੇ ਕੰਮ ਜਿਹੜੇ ਆ ਭਗਵੰਤ ਮਾਨ ਜੀ ਨਹੀਂ ਰੁਕਣ ਦੇਣੇ ਚਾਹੀਦੇ گاਂ ਜਦੋਂ ਇਲੈਕਸ਼ਨ ਆਊਗਾ ਜੇ ਤੁਸੀਂ ਚੰਗਾ ਕਰੋਗੇ ਤਾਂ ਲੋਕ ਆਪਣੇ ਆਪ ਹੀ ਤੁਹਾਡੇ ਬੰਦੇ ਬਣਾ ਦੇਣਗੇ ਦੂਜੀ ਗੱਲ ਇਹ ਆ ਕਿ 15ਵਾਂ ਵਿੱਤ ਜਿਹੜਾ ਅੱਜ 15ਵੇਂ ਵਿੱਤ ਦਾ ਮੈਂ ਤਾਂ ਕਹਿੰਦਾ ਵਿਧਾਨ ਸਭਾ 'ਚ ਜਰੂਰ ਮੁੱਦਾ ਉੱਠਣਾ ਚਾਹੀਦਾ ਕਿਉਂਕਿ 15ਵੇਂ ਵਿੱਤ ਦੀ ਜਦੋਂ ਗ੍ਰਾਂਟ ਆਈ ਆ ਉਸ ਗ੍ਰਾਂਟ ਨੂੰ ਜਿਹੜਾ ਹੈ ਕਿ ਜਿਹੜਾ ਬਲਾਕ ਸੰਮਤੀਆਂ ਦੇ ਚੇਅਰਮੈਨ ਸਾਡੇ ਨੇ ਚਾਹੇ ਕੋਈ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਾਡੇ ਨੇ ਉਹ ਚੇਅਰਮੈਨਾਂ ਨੂੰ ਜਿਹੜਾ ਹੈ ਕਿ ਜਿਹੜੇ ਫੰਡ ਜਿਹੜੇ ਉਹਨਾਂ ਨੇ ਆਪਦੀ ਮਰਜ਼ੀ ਨਾਲ ਪਾਉਣੇ ਹੁੰਦੇ ਕਿ ਕਿਹੜੇ ਪਿੰਡ ਨੂੰ ਕਿ ਇੱਥੇ ਪਾਣੀ ਦੀ ਲੋੜ ਆ ਕਿੱਥੇ ਪਾਣੀ ਦੀ ਨਿਕਾਸੀ ਦੀ ਲੋੜ ਆ ਕਿੱਥੇ ਸੜਕ ਬਣਨ ਵਾਲੀ ਏ ਕਿੱਥੇ ਗਲੀ ਬਣਨ ਵਾਲੀ ਜਦੋਂ ਚੇਅਰਮੈਨ ਨੇ ਉਹ ਕਮੇਟੀ ਦੇ ਵਿੱਚ ਕੰਮ ਪਾਸ ਕਰਕੇ ਭੇਜੇ ਨੇ ਤਾਂ ਉਹ ਕੰਮਾਂ ਨੂੰ ਮਨਜ਼ੂਰੀ ਕਿਉਂ ਨਹੀਂ ਦਿੱਤੀ ਜਾ ਰਹੀ ਉਹ ਕੰਮਾਂ ਤੇ ਕਿਉਂ ਰੋਕ ਲਾਈ ਗਈ ਏ ਇਹਦਾ ਜਵਾਬ ਜਿਹੜਾ ਉਹ ਸਰਕਾਰ ਤੋਂ ਜ਼ਰੂਰ ਮੰਗਣਾ ਚਾਹੀਦਾ ਕਿਉਂਕਿ ਜੇ ਵਿਰੋਧੀ ਧਿਰ ਆ ਦਾ ਫਰਜ਼ ਨਿਭਾਵੇ ਤਾਂ ਅੱਜ ਪੰਜਾਬ ਦੇ ਵਿੱਚ ਵਿਕਾਸ ਕਾਰਜਾਂ ਦੇ ਕੰਮ ਚੱਲ ਸਕਦੇ ਨੇ ਤੁਸੀਂ ਆਪਣੇ ਹਲਕੇ ਦੀ ਗੱਲ ਕੀਤੀ ਹੈ ਇੱਕ ਹਲਕੇ ਦਾ ਬੜਾ ਜ਼ੋਰ ਸ਼ੋਰ ਨਾਲ ਮੁੱਦਾ ਉੱਠਿਆ ਮੁੱਖ ਮੰਤਰੀ ਦਾ ਬਿਆਨ ਵੀ ਮਜਬੂਰੀ ਚ ਆਇਆ ਜਾਂ ਦਾਵਾ ਕੀਤਾ ਗਿਆ ਕਿ ਤਾਲਾ ਲੱਗੋ ਉਸ ਸ਼ਰਾਬ ਫੈਕਟਰੀ ਨੂੰ ਉਸ ਮਸਲੇ ਨੂੰ ਤੁਸੀਂ ਆਪਣੀ ਨਜ਼ਰੇ ਕਿਵੇਂ ਦੇਖਦੇ ਹੋ ਕਿ ਹਾਲੇ ਤੱਕ ਕਿਹੜੇ ਪਾਸੇ ਗੱਲ ਜਾਣੀ ਚਾਹੀਦੀ ਹੈ ਗੱਲ ਇਹ ਹੈ ਕਿ ਸ਼ਰਾਬ ਫੈਕਟਰੀ ਨੂੰ ਤਾਲਾ ਤਾਂ ਫੇਰ ਹੀ ਲੱਗੂਗਾ ਨਾ ਕਿ ਜੇ ਅਸੀਂ ਭਾਈਵਾਲੀ ਛੱਡਾਂਗੇ ਉਹਨਾਂ ਨਾਲ ਅੱਜ ਤੁਸੀਂ ਦੇਖ ਰਹੇ ਹੋ ਕਿ ਦਿੱਲੀ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਚਾਹੇ ਅਸੀਂ ਦੀ ਮਲੋਤਰੇ ਦੀ ਗੱਲ ਕਰ ਲਈਏ ਚਾਹੇ ਸ਼ਸ਼ੋਧਿਆ ਜੀ ਦੀ ਗੱਲ ਕਰ ਲਈਏ ਮੈਂ ਕਿ ਜੇ ਉੱਥੇ ਪਾਲਿਸੀ ਜਿਹੜੀ ਐਕਸਾਈਜ਼ ਪਾਲਿਸੀ ਉੱਥੇ ਬਣ ਸਕਦੀ ਏ ਤੇ ਉਹ ਰਹਿਣ ਵਾਲਾ ਤਾਂ ਜਿਹੜਾ ਉਹ ਪੰਜਾਬ ਦਾ ਹੀ ਏ ਔਰ ਮੈਂ ਤੁਹਾਨੂੰ ਇਹ ਦੱਸਿਆ ਕਿ ਇੱਕੋ ਥਾਲੀ ਦੇ ਚੱਟੇ ਤੇ ਬੱਟੇ ਨੇ ਆ ਮੈਂ ਕੱਲ ਦੀ ਇੱਕ ਟੀਵੀ ਦੇ ਉੱਤੇ ਇੱਕ ਇੰਟਰਵਿਊ ਵੇਖ ਰਿਹਾ ਸੀ ਭਗਵੰਤ ਮਾਨ ਜੀ ਬਹੁਤ ਸੋਹਣਾ ਬੋਲ ਰਹੇ ਸੀ ਪਰ ਜਦੋਂ ਬੀਜੇਪੀ ਤੇ ਸਵਾਲ ਆਇਆ ਤਾਂ ਕੇਜਰੀਵਾਲ ਸਾਹਿਬ ਨੇ ਬਾਹੋਂ ਫੜੀ ਤੇ ਉਹਨਾਂ ਨੂੰ ਲੈ ਕੇ ਕਿ ਨਹੀਂ 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 ਇੱਕ ਕਿਉਂ ਨਹੀਂ ਬੋਲੇ ਵੀ ਬੀਜੇਪੀ ਤੇ ਅੱਜ ਠੀਕ ਹੈ ਕਿ ਅੱਜ ਤੁਸੀਂ ਭਾਜਪਾ ਵਾਲਾ ਜੇ ਕੋਈ ਤੁਹਾਨੂੰ ਕੰਮ ਕਹਿੰਦਾ ਹੁੰਦਾ ਤਾਂ ਮਿੰਟ ਚ ਹੋ ਜਾਂਦਾ ਜੇ ਕੋਈ ਕਾਂਗਰਸੀ ਦਾ ਸਹੀ ਕੰਮ ਹੁੰਦਾ ਕਿਸੇ ਸਰਪੰਚ ਨੇ ਆਪਦੇ ਪਿੰਡ ਦੇ ਵਿੱਚ ਕੋਈ ਪੰਚਾਇਤ ਚ ਕੰਮ ਚਲਾਉਣਾ ਹੁੰਦਾ ਉਹਨਾਂ ਦਾ ਤੁਸੀਂ ਰੋਕ ਦਿੰਦੇ ਨੇ ਪੰਜਾਬ ਚ ਇਸ ਤਰ੍ਹਾਂ ਹੋ ਰਿਹਾ ਬਿਲਕੁਲ ਹੋ ਰਿਹਾ ਸਾਡੇ ਜੀਰੇ ਚ ਹੋ ਰਿਹਾ ਹਮ ਸਾਡੇ ਜੀਰੇ ਚ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਉਹ ਜੀਰੇ ਦਾ ਠੀਕ ਹੈ ਉਹ ਜੋ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕਹਿੰਦਾ ਉਹ ਹੁੰਦਾ ਉਹਨੇ ਆਪਦੇ ਪੱਕੇ ਬੰਦੇ ਆ ਜਿਹੜੇ ਉਹ ਨਾਲ ਫਿੱਟ ਕੀਤੀ ਹੋਏ ਆ ਉਹਨਾਂ ਦੇ ਠੀਕ ਹੈ ਇਹ ਜਿਹੜੀ ਇਹ ਜਿਹੜੀ ਸਾਂਝ ਦੀ ਜਿਹੜੀ ਆ ਤੁਸੀਂ ਅੱਗੇ ਜੇ ਇਲੈਕ ਇਹਨਾਂ ਨੇ ਰਲ ਕੇ ਇਲੈਕਸ਼ਨ ਲੜਨੇ ਆ ਜੇ ਨਾਲ ਲੜਨ ਤੇ ਮੈਨੂੰ ਤਾਂ ਕਿਹਾ ਜੇ ਮੈਂ ਕਹੀ ਇਹੋ ਜੀਆਂ ਫੋਟੋਆਂ ਜਿਹੜੀਆਂ ਉਹ ਯਾਦ ਕਰ ਸਕਦਾ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਬੀਜੇਪੀ ਤੇ ਆਮ ਆਦਮੀ ਪਾਰਟੀ ਜਿਹੜੇ ਇਕੱਠੇ ਇੱਕ ਜਗ੍ਹਾ ਤੇ ਹੁੰਦੇ ਨੇ ਤੁਸੀਂ ਗੱਲ ਕੀਤੀ ਹੈ ਜੀ ਬਹੁਤ ਸ਼ੁਕਰੀਆ ਸਤਿ ਨਵਾਦ ਜੀ ਇਸਨ ਸਾਡੇ ਨਾਲ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਜਿਨ੍ਹਾਂ ਨੇ ਇਹਨਾਂ ਮਸਲੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ رائے ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਸੱਤਾਧਿਰ ਨੂੰ ਜੋ ਕਰਨਾ ਚਾਹੀਦਾ ਉਹ ਕਿਉਂ ਨਹੀਂ ਹੋ پا ਰਿਹਾ ਔਰ ਵਿਰੋਧੀ ਧਿਰ ਨੂੰ ਜਿਹੜੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਉਹ ਕਦੋਂ ਨਿਭਾਈ ਜਾਵੇਗੀ ਹੁਣ ਬਜਟ ਸੈਸ਼ਨ ਆਉਣ ਵਾਲਾ ਦੇਖਦੇ ਹਾਂ ਕਿ ਵਿਧਾਨ ਸਭਾ ਦੇ ਅੰਦਰ ਕੀ ਕੁਝ ਹੁੰਦਾ ਹੈ ਕੀ ਕੁਝ ਸਾਹਮਣੇ ਆਉਂਦਾ ਫਿਲਹਾਲ ਇਸ ਮੁਲਾਕਾਤ ਚ ਇਨਾ ਹੀ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਚੰਡੀਗੜ੍ਹ